ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਕੰਸਲਟੈਂਸੀ ਤੋਂ ਅੱਜ ਹੋਰ ਦੋ ਖੁਸ਼ਖਬਰੀਆਂ ਲੈ ਕੇ ਆਇਆ ਜੀ। ਪਰਮਿੰਦਰ ਕੌਰ ਚੰਡੀਗੜ੍ਹ ਤੋਂ ਨੇ ਮੈਡਮ, ਇਹਨਾਂ ਦਾ UK ਦਾ ਸਟੱਡੀ ਵੀਜ਼ਾ ਅਪਰੂਵ ਹੋਇਆ ਜੀ, ਤੁਸੀਂ ਦੇਖ ਸਕਦੇ ਹੋ। ਔਰ ਇਹਨਾਂ ਦੇ ਨਾਲ ਇਹਨਾਂ ਦੇ ਹਸਬੈਂਡ ਰਣਵੀਰ ਸਿੰਘ ਜੋ ਕਿ ਜਗਰਾਓਂ ਤੋਂ ਨੇ, ਇਹਨਾਂ ਦਾ ਵਰਕ ਪਰਮਿਟ ਅਪਰੂਵ ਹੋਇਆ। ਸੋ ਅੱਜ ਦੋ ਵੀਜ਼ਾ ਆਏ ਨੇ ਸਾਡੇ UK ਦੇ। ਪਰਮਿੰਦਰ ਮੈਡਮ ਤੋਂ ਪੁੱਛਣਾ ਚਾਹਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਵੈਨਿਊਰ ਇੰਗਲਿਸ਼ ਨਾਲ ਕਿੱਦਾਂ ਦਾ ਰਿਹਾ। ਇਹਨਾਂ ਦੀ ਜਿਹੜੀ ਪ੍ਰੋਫਾਈਲ ਸੀ, ਆਲਮੋਸਟ 10 ਸਾਲ ਦਾ ਗੈਪ ਸੀਗਾ, ਇਹਨਾਂ ਨੂੰ ਸਾਡੀ ਸਰਵਿਸਿਜ਼ ਕਿੱਦਾਂ ਲੱਗੀਆਂ ਮੈਡਮ, ਤੁਸੀਂ ਕਾਈਂਡਲੀ ਸ਼ੇਅਰ ਕਰੋ ਜੀ ਸਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਪਰਮਿੰਦਰ ਕੌਰ ਚੰਡੀਗੜ੍ਹ ਤੋਂ, ਇਹ ਮੇਰੇ ਹਸਬੈਂਡ ਰਣਵੀਰ ਸਿੰਘ ਜਗਰਾਓਂ ਤੋਂ। ਅਸੀਂ UK ਦਾ ਵੀਜ਼ਾ ਲੈਣਾ ਸੀ, ਸਟੂਡੈਂਟ ਵੀਜ਼ਾ, ਅਤੇ ਨਾਲ ਪਾਰਟਨਰ ਦਾ। ਇਹਨਾਂ ਕੋਲ ਆਏ ਮੇਰੇ ਫਾਦਰ ਇਨ ਲਾਅ, ਉਹਨਾਂ ਨੇ ਕੰਸਲਟ ਕੀਤਾ ਇਹਨਾਂ ਨੂੰ, ਹੋਰ ਜਗ੍ਹਾ ਵੀ ਗਏ ਕਾਫੀ ਜਗ੍ਹਾ, ਬਟ ਟਰੱਸਟ ਫੈਕਟਰ ਦਾ ਇਸ਼ੂ ਹੋ ਰਿਹਾ ਸੀਗਾ, ਤਾਂ ਇੱਧਰ ਆ ਕੇ ਸਾਡੀ ਪਾਲੀ ਤਰ੍ਹਾਂ ਖਤਮ ਹੋ ਗਈ ਕਿ ਜੈਨੂਇਨ ਗਾਈਡੈਂਸ ਲੱਗੀ ਸਾਨੂੰ, ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ। ਗੈਪ ਦੀ ਵੀ ਕੋਈ ਪ੍ਰੋਬਲਮ ਨਹੀਂ ਆਈ, 8 to 10 years ਦਾ ਗੈਪ ਸੀਗਾ ਮੇਰਾ, ਉਹ ਵੀ ਇਸ਼ੂ ਇਹਨਾਂ ਨੇ ਸੋਲਵ ਕੀਤਾ। ਬਾਕੀ ਗਾਈਡੈਂਸ ਬਹੁਤ ਵਧੀਆ ਲੱਗੀ ਮੈਨੂੰ, ਪੋਲਾਈਟ ਬਿਹੇਵੀਅਰ ਹੈ ਬਹੁਤ ਜ਼ਿਆਦਾ, ਵੇ ਆਫ ਟਾਕਿੰਗ ਬਹੁਤ ਵਧੀਆ ਹੈ, ਐਕਸਪੀਰੀਅੰਸ ਬਹੁਤ ਨਾਈਸ ਹੈ, ਠੀਕ ਹੈ, ਸਭ ਕੁਝ ਬਹੁਤ ਅੱਛੀ ਗੱਲ ਹੈ। ਤੁਸੀਂ ਰეკਮੈਂਡ ਕਰਨਾ ਚਾਹੋਗੇ ਸਾਰੇ ਚੰਡੀਗੜ੍ਹ ਔਰ ਪੰਜਾਬ ਵਾਸੀਆਂ ਨੂੰ ਕਿ ਬਿਲਕੁਲ ਬਿਲਕੁਲ ਵੈਨਿਊਰ ਇੰਗਲਿਸ਼ ਤੇ ਆਓ। ਸਿਰਫ ਹਫਤੇ ਦੇ ਵਿੱਚ ਵੀਜ਼ਾ ਆਇਆ ਜੀ ਤੁਹਾਡਾ? ਹਾਂਜੀ, ਵਿਦਨ 1 week ਵੀਜ਼ਾ ਆ ਗਿਆ, ਤੇ ਸਾਰਾ ਪ੍ਰੋਸੈਸ ਫਰਮ ਦਾ ਬਿਗਨਿੰਗ ਟਿਲ ਐਂਡ ਸਮੂਥ ਰਿਹਾ ਤੁਹਾਨੂੰ? ਸਮੂਥ ਰਿਹਾ ਬਿਲਕੁਲ। ਚਲੋ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਦੋਨਾਂ ਨੂੰ, ਮੈਨੀ ਮੈਨੀ ਕੰਗ੍ਰੈਚੁਲੇਸ਼ਨਸ। ਸੋ ਸਾਰੇ ਸਟੂਡੈਂਟਸ ਔਰ ਉਹਨਾਂ ਦੇ ਪੇਰੈਂਟਸ ਨੂੰ ਮੈਂ ਕਹੂੰਗਾ ਕਿ ਅਗਰ ਤੁਸੀਂ UK ਦਾ ਵੀਜ਼ਾ ਅਪਲਾਈ ਕਰਨ ਦੀ ਸੋਚ ਰਹੇ ਹੋ, ਦੇਰ ਆਰ ਸੈਵਰਲ ਇੰਟਰੀ ਕੇਸਿਸ, ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਗੌਰ ਰੱਖਣੀਆਂ ਹੁੰਦੀਆਂ। ਅਗਰ ਤੁਹਾਡਾ ਗੈਪ ਹੈ, ਕੋਈ ਪ੍ਰੀਵੀਅਸ ਰਿਫਿਊਜ਼ਲ ਹੈ, ਤੁਸੀਂ ਇੱਕ ਵਾਰ ਸਾਡੇ ਨਾਲ ਆ ਕੇ ਮਿਲੋ ਐਟ ਵੈਨਿਊਰ ਇੰਗਲਿਸ਼, ਰਾਏਕੋਟ ਰੋਡ ਓਪੋਜਿਟ ਸੋਨਾਲੀਕਾ ਟਰੈਕਟਰ ਏਜੰਸੀ ਜਗਰਾਓਂ, ਔਰ ਯੂ ਕੈਨ ਕਾਲ ਅਸ ਐਟ 7973160270। ਜਗਰਾਓਂ ਦੇ ਵਿੱਚ ਵੀ ਸਾਡਾ ਆਫਿਸ ਹੈ, ਚੰਡੀਗੜ੍ਹ 22 sector 22C ਦੇ ਵਿੱਚ ਸਾਡਾ ਆਫਿਸ ਹੈ, ਭਵਾਨੀਗੜ੍ਹ ਸੈਂਟਰ ਹੈ ਸਾਡਾ, ਕਿਸੇ ਵੀ ਆਫਿਸ 'ਤੇ ਆ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮੱਚ।